ਪੰਜਾਬ ਅੰਦਰ ਬੇਮੌਸਮੇ ਮੀਂਹ ਤੇ ਗੜੇਮਾਰੀ ਦੇ ਨਾਲ ਫਸਲਾਂ ਨੂੰ ਭਾਰੀ ਨੁਕਸਾਨ ਪੁੱਜਾ, ਜਿਸ ਦੇ ਬਾਅਦ ਕਿਸਾਨਾਂ ਨੂੰ ਫਸਲ ਦਾ ਝਾੜ ਕੱਟਣ ਦਾ ਖਦਸ਼ਾ ਹੋ ਗਿਆ। ਇਸ ਗੜੇਮਾਰੀ ਤੋਂ ਬਾਅਦ ਆਰਥਿਕ ਸੰਕਟ ਨਾਲ ਜੂਝ ਰਹੇ ਕਿਸਾਨਾਂ ਦੀ ਆਰਥਿਕਤਾ ਹੋਰ ਡੂੰਘੀ ਸੱਟ ਵੱਜਦੀ ਦਿਖਾਈ ਦੇ ਰਹੀ ਹੈ। ਕੁਦਰਤੀ ਕਰੋਪੀ ਅੱਗੇ ਬੇਬਸ ਕਿਸਾਨ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾ ਰਹੇ ਨੇ। ਪੰਜਾਬ ਅੰਦਰ ਕਿਸਾਨ ਦੀ ਆਰਥਿਕ ਹਾਲਤ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਹੈ। ਪਿੱਛੇ ਜਿਹੇ ਚਿੱਟੀ ਮੱਕੀ ਦੇ ਨਾਲ ਹੋਏ ਨੁਕਸਾਨ ਦੀ ਭਰਪਾਈ ਹਲੇ ਹੋਈ ਨਹੀਂ ਸੀ ਕਿ ਕੁਦਰਤ ਦੀ ਕਰੋਪੀ ਨੇ ਕਿਸਾਨਾਂ ਦੇ ਜ਼ਖਮਾਂ ਨੂੰ ਕਰੇਦ ਕੇ ਰੱਖ ਦਿੱਤਾ। ਪੰਜਾਬ ਅੰਦਰ ਕੱਲ੍ਹ ਹੋਈ ਬਾਰਿਸ਼ ਅਤੇ ਤੇਜ਼ ਹਵਾਵਾਂ ਅਤੇ ਗੜੇਮਾਰੀ ਦੇ ਨਾਲ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ, ਜਿਸ ਦੇ ਬਾਅਦ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਨੇ ਅਤੇ ਕਿਸਾਨ ਇਸ ਕੁਦਰਤ ਦੀ ਕਰੋਪੀ ਅੱਗੇ ਬੇਬਸ ਦਿਖਾਈ ਦੇ ਰਹੇ ਨੇ। ਪੰਜਾਬ ਅੰਦਰ ਕਿਸਾਨਾਂ ਦਾ ਅਨੁਮਾਨ ਹੈ ਕਿ 50 ਤੋਂ 60% ਫਸਲਾਂ ਦਾ ਨੁਕਸਾਨ ਹੋਇਆ ਹੈ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਗੜੇ ਇੱਥੇ 45 ਮਿੰਟ ਘੱਟ ਤੋਂ ਘੱਟ ਗੜੇ ਪਏ ਆ ਜੀ। ਪਹਿਲਾਂ ਤਾਂ ਬਹੁਤ ਵੱਡੇ ਸੀਗੇ ਗੜੇ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਥੋੜ੍ਹੇ ਹੋਏ ਅਤੇ ਇਸ ਨਾਲ ਧਰਤੀ ਸਾਰੀ ਹੈ ਜਿਹੜੀ ਸਫੈਦ ਹੋ ਚੁੱਕੀ ਸੀ। ਗੌਰਮੈਂਟ ਨੂੰ ਸਾਨੂੰ ਮੁਆਵਜ਼ਾ ਦੇਣਾ ਚਾਹੀਦਾ, ਨੁਕਸਾਨ ਇੰਨਾ ਵੱਧ ਤੋਂ ਵੱਧ ਜਿੰਨਾ ਕਿ ਅਸੀਂ ਦੱਸ ਨਹੀਂ ਸਕਦੇ ਜੀ। ਅਤੇ ਇਸ ਸੰਬੰਧੀ ਗੌਰਮੈਂਟ ਨੂੰ ਸਾਡਾ ਹਰ ਨਿਵੇਖਣ ਕਰਕੇ ਅਤੇ ਸਾਨੂੰ ਮੁਆਵਜ਼ਾ ਦੇਣਾ ਚਾਹੀਦਾ। ਸਾਡਾ ਜੀ 90% ਨੁਕਸਾਨ ਹੋਇਆ। ਕਿਸਾਨ 70% ਤਾਂ ਹੈਗਾ ਜੀ ਮੀਂਹ ਪੈਣਾ, ਪਰ 55-60 ਮਣ ਝੜੀ ਸੀ। ਐਤਕੀ ਉਹੀ ਕਣਕ 45-50 ਤੋਂ ਘੱਟ ਘੱਟ ਰਹੂਗੀ ਜੀ। ਇਹ ਹੋ ਗਿਆ ਜੀ, ਨੁਕਸਾਨ ਤਾਂ ਬਹੁਤ ਹੋਇਆ, ਇਹਦੇ ਨਾਲ ਫਰਕ ਪੈਂਦਾ ਵੀ ਇਹ ਮੀਂਹ ਹੈ ਜਿਹੜਾ ਬਹੁਤ ਪਛੇਤਾ ਪਿਆ ਹੈ ਅਤੇ ਇਹਦੇ ਪਛੇਤਾ ਪੈਣ ਕਾਰਨ ਹੁਣ ਕਣਕਾਂ ਨਿਸਰੀਆਂ ਸੀ ਸਾਰੀਆਂ, ਬੂਰ ਝੜ ਗਿਆ ਅਤੇ ਇਸ ਕਾਰਨ ਇਹਦੇ ਕਣਕ ਦੇ ਝਾੜ 'ਤੇ ਬਹੁਤ ਜ਼ਿਆਦਾ ਫਰਕ ਪਊਗਾ। ਪਹਿਲਾਂ ਨਾਲੋਂ ਅੱਧ ਤੱਕ ਵੀ ਪੈ ਸਕਦਾ ਜੀ ਫਰਕ, ਇੰਨਾ ਬਹੁਤ ਨੁਕਸਾਨ ਹੋਇਆ ਇਹਦਾ। ਕੱਲ੍ਹ ਸ਼ਾਮ ਨੂੰ 3 ਤੋਂ 4 ਵਜੇ ਤੱਕ 45 ਮਿੰਟ ਗੜੇ ਪਏ ਅਤੇ ਮੀਂਹ ਦੇ ਗੜੇ, ਇਹਦੇ ਨਾਲ ਕਣਕ ਅਤੇ ਸਰ੍ਹੋਂ ਅਤੇ ਬਰਸੀਨ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਅਤੇ ਹਜੇ ਵੀ ਅੱਜ ਤੱਕ ਦੇ 12 ਵੱਜ ਚੁੱਕੇ ਹੈ ਅਤੇ ਗੜੇ ਛੜਕ ਦੇ ਨਾਲ ਤਕਰੀਬਨ 50% ਪਏ ਹੈ। ਸਰਕਾਰ ਤੋਂ ਵੀ ਆਹੀ ਮੰਗ ਹੈ ਵੀ ਸਾਡਾ ਮੌਕਾ ਵੇਖੀ ਜਾਵੇ, ਫਸਲ ਮੁਤਾਬਕ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਕਿੰਨੀ ਕੁ ਪਰਸੈਂਟ ਫਸਲ ਤਬਾਹ ਹੋ ਗਈ? 90-95% ਹੋ ਗਈ ਜੀ ਖਤਮ। ਮੀਂਹ ਅਤੇ ਗੜਿਆਂ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ। ਇਸ ਨੁਕਸਾਨ ਤੋਂ ਬਾਅਦ ਆਰਥਿਕ ਸੰਕਟ 'ਚ ਜੂਝ ਰਹੇ ਕਿਸਾਨ ਦੀ ਹਾਲਤ ਹੋਰ ਵੀ ਮੰਦੀ ਹੋਣ ਦੀ ਆਸ ਹੈ, ਜਿਸ ਕਰਕੇ ਕਿਸਾਨ ਸਰਕਾਰ ਅੱਗੇ ਮਦਦ ਲਈ ਗੁਹਾਰ ਲਗਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੀ ਹਿਤੈਸ਼ੀ ਕਹਾਉਣ ਵਾਲੀ ਸਰਕਾਰ ਕਿਸਾਨਾਂ ਦੀ ਮਦਦ ਲਈ ਅੱਗੇ ਆਉਂਦੀ ਹੈ ਜਾਂ ਨਹੀਂ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।